focus, South Asian Media Group, Why Media. By media political sensex. ਪ੍ਰਧਾਨ ਮੰਤਰੀ ਜਸਟਿਨ ਟੂਡੋ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਔਰ ਹਜੇ ਵੀ ਉਹਨਾਂ ਦੇ ਰੈਜ਼ਿਗਨੇਸ਼ਨ ਦੀ ਮੰਗ ਜਿਹੜੀ ਆ ਉੱਠ ਰਹੀ ਹੈਗੀ ਆ ਔਰ ਖੁਦ ਪ੍ਰਧਾਨ ਮੰਤਰੀ ਜਸਟਿਨ ਟੂਡੋ ਜਿਹੜੇ ਆ ਵੈਸੇ ਤੇ ਉਹਨਾਂ ਦੇ ਕੈਬਨਿਟ ਮਿਨਿਸਟਰਸ ਪਹਿਲਾਂ ਤੋਂ ਦੇ ਵਰ ਰੀਚਿੰਗ ਆਊਟ ਟੂ ਡਿਫਰੈਂਟ MPs ਕਿ ਜਿਹੜੇ ਸਵਾਲ ਖੜੇ ਕਰ ਰਹੇ ਸੀ ਉਹਨਾਂ ਨੂੰ ਪੁੱਛ ਰਹੇ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਹੁਣ ਪ੍ਰਧਾਨ ਮੰਤਰੀ ਸਾਹਿਬ ਖੁਦ ਵੀ ਇਹ ਕੰਮ ਕਰ ਰਹੇ ਨੇ ਔਰ ਤਾਜ਼ਾ ਖਬਰ ਜੋ ਕੱਲ ਸ਼ਾਮ ਤੋਂ ਓਟਵਾ ਦੇ ਵਿੱਚ ਸਰਕੂਲੇਟ ਕਰ ਰਹੀ ਹੈ ਕਨਫਰਮ ਨਿਊਜ਼ ਹੈ ਜੀ ਕਿ ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਹੁਣ ਕੈਲਗਰੀ ਸਟੈਂਪੀਡ ਵੀ ਨਹੀਂ ਜਾ ਰਿਹਾ ਕੈਂਸਲ ਕਰ ਦਿੱਤਾ ਪ੍ਰੋਗਰਾਮ ਇੱਕ ਹੋਰ ਬਾਰਬੇਕਿਊ ਦਾ ਇਵੈਂਟ ਸੀਗਾ ਸੋ ਸਮਰ ਦੇ ਵਿੱਚ ਜਾਣ ਦਾ ਉਹ ਸਾਰਾ ਕੁਝ ਕੈਂਸਲ ਕਰ ਦਿੱਤਾ ਸੋ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਉਧਰ ਕੈਲਗਰੀ ਜਾਂ ਹੋਰ ਇਵੈਂਟਸ ਅਟੈਂਡ ਕਰਨ ਦੀ ਬਜਾਏ ਇਸ ਵੇਲੇ ਓਟਵਾ ਦੇ ਵਿੱਚ ਮਾਮਲਾ ਸੰਭਾਲਣਾ ਜ਼ਿਆਦਾ ਜ਼ਰੂਰੀ ਹੈ ਸੋ ਕੈਲਗਰੀ ਸਟੈਂਪੀਡ ਔਰ ਇਵੈਂਟਸ ਕੈਂਸਲ ਕਰਕੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਆਪਣੀ ਕੁਰਸੀ ਬਚਾ ਰਹੇ ਨੇ ਕਿਉਂਕਿ ਦਬਾਅ ਅਜੇ ਵੀ ਜਾਰੀ ਹੈ ਸਵਾਲ ਅਜੇ ਵੀ ਜਾਰੀ ਹੈ ਪ੍ਰਧਾਨ ਮੰਤਰੀ ਟੂਡੋ ਸਾਹਿਬ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਛੱਡੋ ਕਿਸੇ ਹੋਰ ਨੂੰ ਹੁਣ ਤੁਸੀਂ ਮੌਕਾ ਦਿਓ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਇਸ ਵੇਲੇ ਕੋਸ਼ਿਸ਼ ਕਰ ਰਹੇ ਨੇ ਕਿ ਕੁਰਸੀ ਬਚਾਈ ਜਾਵੇ ਇਹਦੇ ਉੱਤੇ ਲਗਾਤਾਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ